ਅੱਜ ਕਿੰਨੇ ਸਾਲਾਂ ਬਾਅਦ ਆਪਣੀ ਪਿੰਡ ਦੀ ਮਿੱਟੀ ਨੂੰ ਮਹਿਸੂਸ ਕੀਤਾ ਹੈ। ਜੋ ਹਾਲਾਤਾਂ ਦਾ ਮਾਰਾ ਛੱਡ ਕੇ ਗਿਆ ਸੀ, ਅੱਜ ਫੇਰ ਸਭ ਕੁਝ ਦੇਖਣ ਨੂੰ ਮਿਲੇਗਾ। ਆਪਣਾ ਵਿਰਸਾ, ਆਪਣੀ ਮਿੱਟੀ ਤੇ ਆਪਣਾ ਰੰਗਲਾ ਪੰਜਾਬ। ਜਵਾਕਾਂ ਨੂੰ ਵੱਡਿਆਂ ਦੀ ਇੱਜ਼ਤ ਤਮੀਜ਼ ਕੀ ਹੁੰਦੀ ਆ? ਚਾਹ ਤੇ ਤੈਨੂੰ ਮੈਂ ਪਿਉਣਾ। ਆ ਜਾ ਮਾਮਾ, ਕੂਲਰ ਵੱਲ ਕੀ ਦੇਖਦਾ? ਬੱਤੀ ਹਰੀ, ਨਹੀਂ ਤਾਂ ਚਲਾ ਦੇਣਾ ਸੀ ਆਪਾਂ। ਉਹ ਇਹ ਕਿਹੜਾ 26 ਤੇ ਚੱਲਦਾ? ਲੈ ਮਾਮਾ, ਛੱਡ ਇਹਨਾਂ ਦੀਆਂ ਗੱਲਾਂ, ਤੂੰ ਚਾਹ ਪੀ, ਲੈ ਨਾਲ ਖਾ ਬਿਸਕੁਟ। ਪੜੇ ਲਿਖੇ ਮਿਰਜ਼ਾ ਗਾਲਬ ਦੇ ਨਿਆਣੇ ਆ ਨਾ ਮਾਮਾ, ਇੱਜ਼ਤ ਤਮੀਜ਼ ਤੇ ਭੁੱਲ ਗਏ, ਉਹ ਨੀ ਇਹਨਾਂ ਨੇ ਸਿੱਖੀ। ਉਹ ਤੂੰ ਕੰਮ ਕਰ ਆਪਦਾ, ਤੂੰ ਤਾਂ ਚਾਹਨਾ ਇਹਦੇ ਜਵਾਕ ਵੀ ਤੇਰੇ ਤਰ੍ਹਾਂ ਅਨਪੜ੍ਹ ਜਾਹਲ ਹੀ ਰਹਿਣ। ਚਲੋ ਮੇਰਾ ਬੇਟਾ, ਬਸਤੇ ਚੁੱਕੋ, ਸਕੂਲ ਦਾ ਟਾਈਮ ਹੋ ਗਿਆ, ਸਕੂਲ ਜਾਂਦੇ ਆ। ਚੱਲ ਮਾਮਾ, ਤੈਨੂੰ ਪਿੰਡ ਹੀ ਘੁਮਾ ਲਿਆਈਏ। ਘਰ ਦਾ ਤੇ ਬੇੜਾ ਹੀ ਗਰਕ ਹੋਇਆ ਪਿਆ, ਪਿੰਡ ਦੇ ਪਤਾ ਨੀ ਕੀ ਹਾਲਾਤ ਹੋਣੇ ਨੇ। ਚੱਲ ਆ ਟੁਰ ਚਲੀਏ, ਵੇਖ ਲੈਨੇ ਪਿੰਡ ਵੀ। ਆ ਦੇਖ ਲਓ ਮੇਰਾ ਪੁੱਤ, ਧਿਆਨ ਨਾਲ ਪੜ੍ਹ ਲਿਖ ਜਾਓ, ਨਹੀਂ ਤੇ ਚਾਚੇ ਤਰ੍ਹਾਂ ਸਾਰੀ ਜ਼ਿੰਦਗੀ ਗੋਹਾ ਕੂੜਾ ਹੀ ਹੁੰਜੋਗੇ। ਆਹੋ ਪੁੱਤਰ, ਫੇਰ ਤਾਂ ਰੋਟੀ ਖਾਂਦੇ ਆ ਵੀ ਗੋਹੇ ਦੀ ਸਮੈਲ ਆਇਆ ਕਰਨੀ। ਹਮ ਤਾਂ ਚਾਚੇ ਔਰ ਗੋਬਰ ਕੇ ਪਾਸੇ ਬਣਾ ਗੁਜ਼ਰੇ, ਵੈਸੇ ਦੋਨੋਂ ਮੈਂ ਫਰਕ ਵੀ ਨਹੀਂ ਹੈ। ਉਹ ਭਰਾਵਾ, ਬਗਾਨੀਆਂ ਛਾਵਾਂ ਤੇ ਬਹੁਤਾ ਮਾਣ ਨਹੀਂ ਕਰੀਦਾ ਹੁੰਦਾ, ਨਾਲੇ ਗੋਹਾ ਵੀ ਤਾਂ ਸਾਡੀਆਂ ਮੱਝਾਂ ਦਾ ਹੀ ਆ। ਆਹੋ, ਤੇਰੀਆਂ ਮੱਝਾਂ ਗੋਹਾ ਨਹੀਂ, ਸੋਨਾ ਦਿੰਦੀਆਂ। ਉਹ ਦੁੱਧ ਕਿਹੜਾ ਸੋਨੇ ਨੂੰ ਘਾਟਾ। ਮਾਸਟਰ ਜੀ, ਕੀ ਹਾਲ ਹੈ? ਠੀਕ ਹੋ ਜੀ? ਜੀ ਤਾਰਾ ਸਾਹਿਬ, ਆਪ ਬਤਾਓ, ਆਪ ਕੈਸੇ ਹੋ? ਠੀਕ ਹੋ? ਵਾ, ਸਾਡੇ ਨਿਆਣੇ ਪੜ੍ਹਦੇ ਪੁਰਦੇ ਵੀ ਆ ਕਿ ਐਵੇਂ ਡਾਂਗੀ ਕੱਢਦੇ ਪਿਆ? ਬਸ ਬੱਚੇ ਆਪਕੇ ਅੱਛੇ ਪੜ੍ਹਦੇ ਆ, ਬਸ ਇਨਕੋ ਟਾਈਮ ਸੇ ਭੇਜੇ ਕਰਿਆ। ਜੀ ਠੀਕ ਹੈ, ਕੱਲ ਤੋਂ ਟਾਈਮ ਨਾਲ ਆ ਜਾਣਗੇ। ਆਜੋ ਚਲੋ ਵੀ ਸ਼ੇਰੋ। ਮਾਮਾ ਜੀ, ਇਹ ਮਾਸਟਰ ਜੀ ਨੇ, ਇਹ ਬੜੇ ਪੜ੍ਹੇ ਲਿਖੇ ਨੇ। ਮਾਸਟਰ ਜੀ ਆ ਮੇਰੇ ਮਾਮਾ ਜੀ ਨੇ, ਕੈਨੇਡਾ ਤੋਂ ਆਏ ਨੇ।
ਹਾਂਜੀ ਮਾਸਟਰ ਜੀ, ਉਹ ਤੁਹਾਡੇ ਕੋਲ ਗੱਲ ਪੁੱਛਣੀ ਸੀ ਮੈਂ ਕਿ ਇਹ ਬੱਚਿਆਂ ਨੂੰ ਵੀ ਤੁਸੀਂ ਹੁਣ ਪਹਾੜਾ ਅੰਗਰੇਜ਼ੀ ਚ ਪੜ੍ਹਾ ਰਹੇ ਸੀ ਤੇ ਪੰਜਾਬੀ ਕਿਉਂ ਨੀ ਪੜ੍ਹਾਉਂਦੇ ਬੱਚੇ? ਅਰੇ ਸਰ, ਉਹ ਪਹਿਲੇ ਆਪਸ਼ਨ ਹੈ ਕਿ ਜਦ ਤੋਂ ਉਹ ਵੀ ਨਹੀਂ ਹੈ। ਵੈਸੇ ਵੀ ਦੁਨੀਆ ਚਾਹ ਕੇ ਕੌਣ ਕੀ ਆਪ ਅਜੇ ਤੱਕ ਪੰਜਾਬੀ ਛੱਡ ਕੇ ਹੋਣੀ? ਉਹ ਮਾਮਾ, ਰੱਬ ਦਾ ਨਾਂ ਹੀ ਛੱਡ ਦੇ ਪੰਜਾਬੀ ਦੀ ਜਾਨ, ਉਹ ਪੜ੍ਹ ਲੈਂਦੇ ਸਾਡੇ ਜਵਾਕਾਂ ਨੂੰ ਵੀ ਲੱਗ ਜਾਂਦੇ ਕੋਈ ਸਾਡੇ ਪਿੰਡ ਦਾ ਬਾਲ ਅਫਸਰ। ਖੁਦਾ ਦਾ ਨਾਂ ਹੀ ਆ ਚੱਲੀਏ। ਮਾਮਾ ਕਿੱਦਾਂ ਮਹਿਸੂਸਿਆ ਜਾ ਪਿਆ? ਹਾਂ ਵੀ ਪੁੱਤ, ਕੀ ਹਾਲ ਆ? ਠੀਕ ਮੈਂ ਵਧੀਆ, ਤੈਨੂੰ ਕੀ ਹੋਇਆ? ਬੜਾ ਦੁਖੀ ਜਿਹਾ ਲੱਗਦਾ ਯਾਰ। ਕੀ ਦੱਸਾਂ ਪੁੱਤ ਤੈਨੂੰ, ਪੰਜਾਬ ਸਾਰਾ ਹੀ ਮਾਡਰਨ ਹੋ ਗਿਆ। ਘਰ ਗਿਆ ਬੱਚੇ ਉਰਦੂ ਬੋਲਣ ਦੇ ਆ, ਸਕੂਲ ਗਿਆ ਮਾਸਟਰ ਅੰਗਰੇਜ਼ੀ ਚ ਪਹਾੜੇ ਪੜ੍ਹਾਉਂਦੇ ਆ। ਸਾਡਾ ਦੌਰ ਹੁੰਦਾ ਸੀ ਇੱਕ ਦੋਣੀ ਦੋਣੀ ਦੋ ਦੋਣੀ ਚਾਰ ਪਹਾੜੇ ਪੜ੍ਹਦੇ ਸੀ, ਤੇ ਅੱਜ ਹਰ ਪਾਸੇ ਹਰ ਬੰਦਾ ਹੀ ਮਾਡਰਨ ਹੋ ਗਿਆ ਵਾ। ਸਾਡੇ ਕੋਲੋਂ ਸਾਡੀ ਜ਼ਬਾਨ ਖੋਲੀ ਆ, ਸਾਡੀ ਮਾਂ ਬੋਲੀ ਖੋਲ ਰਹੀ। ਓਏ, ਅਸੀਂ ਜ਼ਬਾਨ ਵਾਲੇ ਸੀ, ਸਾਨੂੰ ਬੇਜ਼ਬਾਨਾ ਕਰ ਦਿੱਤਾ। ਅਸਲਾਮ ਅਲੈਕੁਮ ਮਾਮਾ ਜੀ। ਵਾਲੇਕੁਮ ਸਲਾਮ ਜੀ, ਕਿਆ ਹਾਲ ਹੈ ਆਪਕੇ? ਮੈਂ ਠੀਕ ਹਾਂ ਜੀ। ਮਾਮਾ ਜੀ, ਮੈਂ ਯਹਾਂ ਸੇ ਗੁਜ਼ਰ ਰਹਾ ਥਾ ਤੋ ਮੇਰੇ ਦਿਨ ਮੇਂ ਇੱਕ ਸਵਾਲ ਥਾ ਤੋ ਮੈਨੇ ਸੋਚਾ ਆਪਸੇ ਪੁੱਛਣਾ ਚਾਹੂੰਗਾ। ਹਾਂਜੀ ਹਾਂਜੀ। ਸਵਾਲ ਇਹ ਹੈ ਕਿ ਆਪ ਪੰਜਾਬੀ ਕੋ ਇਤਨਾ ਪ੍ਰਟੈਂਡ ਕਰਤੇ ਹੈ, ਤੋ ਆਪ ਕਿਉਂ ਸਾਰਾ ਪੰਜਾਬੀ ਹੋ ਗਿਆ ਆਪਣਾ ਵਿਰਸਾ ਛੋੜ ਕੇ ਕੈਨੇਡਾ ਚਲੇ ਗਏ? ਮਾਸਟਰ ਜੀ, ਉਦੋਂ ਭਲੇ ਵੇਲੇ ਹੁੰਦੇ ਸੀ, ਪੈਸੇ ਲੱਭਦੇ ਕੋਈ ਨਹੀਂ ਸੀ, ਤੇ ਘਰੋਂ ਗਰੀਬੀ ਕੱਢਣ ਦੇ ਚਾਅ 'ਚ ਅਸੀਂ ਬਾਹਰ ਟੁਰ ਗਏ। ਪੈਸਾ ਤਾਂ ਬਹੁਤ ਕਮਾ ਲਿਆ, ਕਾਰਾਂ ਵੀ ਲੈ ਲਈਆਂ, ਕੋਠੀਆਂ ਵੀ ਪਾ ਲਈਆਂ, ਪਰ ਆਪਣਾ ਪਿਛੋਕੜ ਗਵਾ ਬੈਠੇ। ਪੰਜਾਬ ਅੱਜ ਵੀ ਸਾਡੇ ਖੂਨ 'ਚ ਵੱਸਦਾ ਹੈ, ਪਰ ਪੰਜਾਬ ਦੀ ਜਵਾਨੀ ਪਤਾ ਨਹੀਂ ਕਿਹੜੇ ਰਾਹ ਤੁਰ ਪਈ ਹੈ। ਮਾਸਟਰ ਜੀ, ਪੰਜਾਬ ਦੀ ਜਵਾਨੀ ਦਾ ਮੁਸਤਕਬਲ ਤੁਹਾਡੇ ਹੱਥਾਂ 'ਚ ਹੈ, ਤੁਸੀਂ ਉਹਨਾਂ ਨੂੰ ਕਿਉਂ ਬੇਜ਼ਬਾਨਾ ਕਰਨ ਦਿਓ? ਤੁਸੀਂ ਕਿਉਂ ਉਹਨਾਂ ਨੂੰ ਮਾਂ ਬੋਲੀ ਨਾਲ ਨਹੀਂ ਜੋੜ ਰਹੇ? ਉਹ ਮਾਮਾ, ਕਿਹੜਾ ਮੁਸਤਕਬਲ, ਕਿਹੜੀ ਮਾਂ ਬੋਲੀ, ਕਿਹੜਾ ਵਿਰਸਾ? ਆ ਵਿਰਸੇ ਦੇ ਚੱਕਰ 'ਚ ਸਾਰੀ ਉਮਰ ਗੋਇਆ ਕੁੜਾ ਹੂੰਝਦੇ ਰਹੇ ਸੀ। ਲੋਕ ਸਾਡੇ ਤੇ ਹੱਸਦੇ ਆ, ਅਨਪੜ ਜਾਹਲ ਪੇਂਡੂ ਦੱਸਦੇ ਆ ਸਾਨੂੰ। ਮਾਮਾ ਜੀ, ਹਮ ਬੱਚੋਂ ਕੋ ਪੰਜਾਬੀ ਕੈਸੇ ਪੜ੍ਹਾਏ? 10th ਕਲਾਸ ਤੱਕ ਬੱਚੋਂ ਕੀ ਕਿਤਾਬੇਂ ਜੋ ਹੈ ਇੰਗਲਿਸ਼ ਔਰ ਉਰਦੂ ਮੇਂ, 11th ਕਲਾਸ ਮੇਂ ਉਨਕੋ ਆਪਸ਼ਨ ਮਿਲਤੀ ਹੈ ਪੰਜਾਬੀ ਪੜ੍ਹਨੇ ਕੀ, ਵੋ ਵੀ ਸਿਰਫ FA ਮੇਂ, ਜਿਸਕੀ ਕੋਈ ਡਿਮਾਂਡ ਨਹੀਂ ਹੈ। ਅਗਰ ਕਿਸੀ ਬੱਚੇ ਨੇ ਇੰਜੀਨੀਅਰ ਜਾਂ ਡਾਕਟਰ ਬਣਨਾ, ਉਸੇ FSC ਜਾਂ ISES ਕਰਨਾ ਪੜਤਾ ਹੈ, ਜਿਸਕੇ ਅੰਦਰ ਪੰਜਾਬੀ ਕੀ ਆਪਸ਼ਨ ਨਹੀਂ ਹੈ, ਤੋ ਵੋ ਪੰਜਾਬੀ ਕੋ ਲੇ ਜਾਂ ਆਪਣਾ ਮੁਸਤਕਬਲ ਦੇਖੇ। ਮਾਸਟਰ ਜੀ, ਇੱਥੇ ਜਿਸ ਕੌਮ ਨੇ ਵੀ ਤਰੱਕੀ ਕੀਤੀ ਹੈ ਆਪਦੀ ਮਾਂ ਬੋਲੀ 'ਚ ਕੀਤੀ ਆ। ਤੁਸੀਂ ਆ ਜਪਾਨ ਵੇਖ ਲਓ, ਆ ਚੀਨ ਵਾਲੇ ਵੇਖ ਲਓ, ਆ ਅਰਬ ਜਿਹੜੇ ਮੁਲਕ ਆ ਸਾਰੇ ਅਰਬੀ ਬੋਲਦੇ ਆ, ਠੀਕ ਆ। ਤੁਸੀਂ ਗੋਰਿਆਂ ਵਾਲੀ ਬੋਲੀ ਬੋਲਦੇ ਨਾ, ਆ ਗੋਰੇ ਵੀ ਆਪਦੀ ਬੋਲੀ ਨਹੀਂ ਛੱਡਦੇ। ਵੇਖ ਲਓ ਕਿੱਥੇ ਪਹੁੰਚੇ ਆ, ਤੁਸੀਂ ਕਹਿੰਦੇ ਸੀ ਚੰਨ ਤਾਈਂ ਪਹੁੰਚ ਗਏ ਸਾਰੇ, ਤੁਸੀਂ ਪੰਜਾਬੀ ਦੇ ਮਗਰ ਪਏ ਆ। ਮਾਸਟਰ ਜੀ, ਅੱਜ ਤਾਈਂ ਜਿਹੜੀ ਵੀ ਕੌਮ ਨੇ ਤਰੱਕੀ ਕੀਤੀ ਆਪਦੀ ਮਾਂ ਬੋਲੀ 'ਚ ਰਹਿ ਕੇ ਤਰੱਕੀ ਕੀਤੀ, ਤੇ ਚੰਨ ਤਾਈਂ ਤਾਂ ਹੀ ਪਹੁੰਚਿਆ ਕਿਉਂਕਿ ਮਾਂ ਬੋਲੀ ਨਹੀਂ ਛੱਡੀ। ਉਹ ਬਹਿ ਜਾ ਸਰਪੰਚਾ ਚੁੱਪ ਕਰਕੇ, ਜਵਾਕ ਵਿਚਾਰੇ ਕੀ ਕਰਨ, ਜਾਣ ਤੇ ਕਿੱਥੇ ਜਾਣ, ਘਰੇ ਮਾਵਾਂ ਨਹੀਂ ਪੰਜਾਬੀ ਬੋਲਣ ਦਿੰਦੀਆਂ, ਸਕੂਲੇ ਮਾਸਟਰ ਨਹੀਂ ਪੰਜਾਬੀ ਬੋਲਣ ਦਿੰਦੇ, ਜੇ ਕਿਤੇ ਯਾਰਾਂ ਬੇਲੀਆਂ 'ਚ ਬੋਲਣ ਤੇ ਉਹ ਪੇਂਡੂ ਅਨਪੜ੍ਹ ਕਹਿ ਕੇ ਹੱਸਦੇ ਆ। ਅੱਜ ਚਲਾ ਜਾ ਕਿਸੇ ਵੀ ਸਰਕਾਰੀ ਦਫ਼ਤਰ, ਉੱਥੇ ਇੰਗਲਿਸ਼ ਉਰਦੂ ਬੋਲਣ ਵਾਲੇ ਬੈਠੇ ਨੇ, ਕਿਸੇ ਬੈਂਕ ਚਲਾ ਜਾ, ਉੱਥੇ ਦੇਖੇਗਾ ਉੱਥੇ ਇੰਗਲਿਸ਼ ਉਰਦੂ ਬੋਲਣ ਵਾਲੇ ਬੈਠੇ ਆ। ਪੰਜਾਬੀ ਸਿੱਖ ਕੇ ਬੋਲ ਲਈ ਕਿਹਦੇ ਨਾਲ ਹੈ, ਜਦ ਸਾਰੇ ਹੈ ਇੰਗਲਿਸ਼ ਉਰਦੂ ਬੋਲਣ ਵਾਲੇ, ਤੇ ਕਿਹਦੇ ਨਾਲ ਪੰਜਾਬੀ ਬੋਲਾਂਗੇ ਆਪਾਂ? ਕਿਹੜੀ ਮਾਂ ਬੋਲੀ ਦੀ ਗੱਲ ਕਰਦੇ ਹੋ ਤੁਸੀਂ? ਤਾਰਿਆ, ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਦਾ, ਤੂੰ ਸੱਚਾ ਪਿੱਟਦਾ, ਪਰ ਗੱਲ ਸਿਰਫ ਇੰਨੀ ਕੀ ਆ ਕਿ ਸਾਡਾ ਵੀ ਕੋਈ ਫਰਜ਼ ਆ ਨਾ। ਅਸੀਂ ਘਰੇ ਤਾਂ ਆਪਦੇ ਜਵਾਕਾਂ ਨਾਲ ਬੋਲ ਸਕਦੇ ਨਾ, ਸਕੂਲਾਂ 'ਚ ਨਹੀਂ ਬੋਲੀ ਜਾਂਦੀ, ਪਰ ਉਹਨਾਂ ਨੂੰ ਘਰੇ ਤੋਂ ਉਹਨਾਂ ਦੀ ਪਛਾਣ ਦੱਸ ਸਕਦੇ ਨਾ, ਉਹਨਾਂ ਕੋ ਉਹਨਾਂ ਦੀ ਪਛਾਣ 'ਤੇ ਨਾ ਖੋਈਏ ਅਸੀਂ। ਸਾਡਾ ਫਰਜ਼ ਆ ਸਾਰਿਆਂ ਦਾ ਕਿ ਅਸੀਂ ਆਪਦੇ ਜਵਾਕਾਂ ਨਾਲ ਘਰਾਂ ਦੇ ਵਿੱਚ ਤਾਂ ਪੰਜਾਬੀ ਬੋਲੀਏ, ਤਾਂ ਕਿ ਉਹਨਾਂ ਨੂੰ ਪਤਾ ਤਾਂ ਹੋਵੇ ਉਹ ਕੌਣ ਆ, ਉਹਨਾਂ ਦਾ ਪਿਛੋਕੜ ਕੀ ਆ।
ਸੋ ਸਾਡੇ ਸਾਰਿਆਂ 'ਤੇ ਫਰਜ਼ ਆ, ਸਾਡੇ ਸਾਰੇ ਮਾਸ਼ਰੇ 'ਤੇ ਫਰਜ਼ ਆ, ਜੇ ਸਕੂਲਾਂ ਕਾਲਜਾਂ 'ਚ ਪੰਜਾਬੀ ਬੋਲੀ ਨਹੀਂ ਜਾਂਦੀ, ਪੜ੍ਹਾਈ ਨਹੀਂ ਜਾਂਦੀ, ਤਾਂ ਸਾਡਾ ਹੱਕ ਬਣਦਾ ਕਿ ਉਹਨਾਂ ਨਾਲ ਘਰਾਂ ਦੇ ਵਿੱਚ ਪੰਜਾਬੀ ਬੋਲੀਏ। ਸਹੀ ਵਿਰਸਾ ਇਹ ਆ ਕਿ ਉਹਨਾਂ ਨੂੰ ਅਸੀਂ ਜ਼ਮੀਨ ਜਾਇਦਾਦ ਨਹੀਂ, ਉਹਨਾਂ ਨੂੰ ਮਾਂ ਬੋਲੀ ਦੇਈਏ ਉਹਨਾਂ ਦੀ। ਅਸਲਾਮੁਅਲੈਕੁਮ, ਕੀ ਹਾਲ ਹੈ ਵੀਰੋ? ਠੀਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਸਟੋਰੀ ਲੱਗੀ ਹੋਏਗੀ ਵਧੀਆ। ਅਤੇ ਇਹਦੇ ਨਾਲ ਨਾਲ ਸਾਰੇ ਭਰਾ ਕਮੈਂਟ ਕਰਕੇ ਦੱਸੋ ਜੇ ਕੋਈ ਗਲਤੀ ਹੈ, ਅਤੇ ਤਾਂ ਕਿ ਅਸੀਂ ਉਹਨੂੰ ਸੁਧਾਰ ਸਕੀਏ, ਕਿਉਂਕਿ ਬੰਦਾ ਗਲਤੀਆਂ ਤੋਂ ਹੀ ਸਿੱਖਦਾ ਹੈ। ਅਸੀਂ ਨਵਾਂ ਕੰਮ ਸਟਾਰਟ ਕੀਤਾ ਹੈ ਸ਼ੋਰਟ ਫਿਲਮਾਂ ਦਾ, ਅਤੇ ਇਨਸ਼ਾਲਾ ਅਸੀਂ ਤੁਹਾਡਾ ਦਿਲ ਲਾਈ ਰੱਖਾਂਗੇ। ਇਹਦੇ ਨਾਲ ਨਾਲ ਜਿਹੜੇ ਭਰਾਵਾਂ ਕੋਲ ਆਈਡੀਆਜ਼ ਨੇ ਜਾਂ ਸਟੋਰੀਆਂ ਨੇ, ਉਹ ਸਾਡੇ ਨਾਲ ਕਰ ਸਕਦੇ ਨੇ ਸ਼ੇਅਰ, ਤਾਂ ਕਿ ਅਸੀਂ ਉਹ ਸਟੋਰੀਆਂ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰ ਸਕੀਏ। ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਸਪੋਰਟ ਦੀ ਬਹੁਤ ਬਹੁਤ ਲੋੜ ਹੈ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤਾਂ ਕਿ ਅਸੀਂ ਜੁੜੇ ਰਹੀਏ ਸਾਰੇ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ, ਅਤੇ ਹੱਸਦੇ ਵੱਸਦੇ ਰਹੋ। ਥੈਂਕ ਯੂ ਜੀ।